ਕੁਛ ਲੋਕ ਬੜੇ ਅਲਰਟ ਹੋ ਜਾਂਦੇ ਨੇ ਕਿ ਮੇਰੇ ਕੋਲ 10 ਸਾਲ ਦਾ ਟਾਈਮ ਰਹਿ ਗਿਆ। ਉਹ ਗੋਰੇ ਤੁਸੀਂ ਦੇਖਿਆ ਕਿ ਬੜੀ ਅਰਲੀ ਰਿਟਾਇਰਮੈਂਟ ਲੈ ਲੈਂਦੇ ਨੇ, ਵਰਲਡ ਟੂਰ ਕਰਦੇ ਨੇ, ਆਪਣੇ ਮਕਾਨ ਵੇਚ ਦਿੰਦੇ ਨੇ, ਕਿਸੇ ਵੀ ਜਗ੍ਹਾ 'ਤੇ 6 ਮਹੀਨੇ ਰਹਿੰਦੇ ਨੇ ਕਿਰਾਏ ਦੇ ਮਕਾਨ ਦੇ ਵਿੱਚ, ਉੱਥੋਂ ਪੈਕਅਪ ਕਰਕੇ ਫਿਰ ਨਵੀਂ ਕੰਟਰੀ 'ਚ ਚਲੇ ਜਾਂਦੇ ਨੇ। ਅਗਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਇਨਸਿਕਿਓਰ ਨਹੀਂ ਹੁੰਦੇ ਜਾਂ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ, ਉਹ ਕਹਿੰਦੇ ਕਿ ਨਾਓ ਆਈ ਹੈਵ ਵੈਰੀ ਲੈਸ ਟਾਈਮ ਇਨ ਲਾਈਫ, ਆਈ ਵਾਂਟ ਟੂ ਐਕਸਪਲੋਰ ਦਾ ਵਰਲਡ, ਆਈ ਵਾਂਟ ਟੂ ਇੰਜੋਏ ਮਾਈ ਲਾਈਫ। ਅਤੇ ਅਸੀਂ ਲੋਕ ਜਿਵੇਂ ਜਿਵੇਂ ਬਜ਼ੁਰਗ ਹੁੰਦੇ ਹਾਂ, ਜਿਵੇਂ ਜਿਵੇਂ ਉਮਰ ਵੱਧਦੀ ਹੈ, ਚੀਜ਼ਾਂ ਨੂੰ ਫੜ ਕੇ ਬਹਿ ਜਾਂਦੇ ਹਾਂ ਕਿ ਓਹੋ ਇਹ ਚੀਜ਼ ਇੱਥੋਂ ਜਾਣੀ ਨਹੀਂ ਚਾਹੀਦੀ, ਮੇਰੀ ਜ਼ਮੀਨ, ਮੇਰੇ ਜਾਇਦਾਦ, ਮੇਰੇ ਬੱਚੇ। ਅਤੇ ਉਸੇ ਉਧੇੜਬੁਣ ਦੇ ਵਿੱਚ ਜ਼ਿੰਦਗੀ ਜਦੋਂ ਅਲਵਿਦਾ ਕਹਿੰਦੀ ਹੈ ਤਾਂ ਤੁਸੀਂ ਮੁੜ ਕੇ ਵੇਖਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਫਸੋਸ ਹੁੰਦਾ ਹੈ। ਡਰ ਇਹ ਨਹੀਂ ਹੈ ਕਿ ਮੌਤ ਆ ਜਾਏਗੀ, ਡਰ ਇਸ ਚੀਜ਼ ਦਾ ਹੁੰਦਾ ਹੈ ਕਿ ਮਰਨ ਵੇਲੇ ਅਹਿਸਾਸ ਇਹ ਹੋਏਗਾ ਕਿ ਅਰੇ ਮਰ ਵੀ ਗਏ, ਜ਼ਿੰਦਗੀ ਤਾਂ ਜੀਵੀ ਨਹੀਂ ਸੀਗੀ। ਸੋ ਜੇ ਹਜੇ ਵੀ ਤੁਹਾਡੇ ਕੋਲ ਟਾਈਮ ਹੈ ਤਾਂ ਗੈਟ ਰੈਡੀ, ਇਟਸ ਐਨ ਅਲਾਰਮ, ਇਹ ਵੀਡੀਓ ਅਲਾਰਮ ਹੈ ਤੁਹਾਡੇ ਲਈ ਕਿ ਜ਼ਿੰਦਗੀ ਬਹੁਤ ਜਲਦੀ ਨਿਕਲ ਰਹੀ ਹੈ। ਜਿਹਨਾਂ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਹੋ ਨਾ, ਜਿਹੜੇ ਅੱਜ ਤਾੜੀਆਂ ਵਜਾ ਰਹੇ ਨੇ, ਤੁਹਾਨੂੰ ਵੇਖ ਕੇ ਸਲੂਟ ਮਾਰ ਰਹੇ ਨੇ, 5 ਸਾਲ ਬਾਅਦ ਕੋਈ ਹੋਰ ਸਲੂਟ ਵਜਾਉਣ ਵਾਲਾ ਆ ਜਾਏਗਾ, ਤੁਹਾਡੀ ਜਗ੍ਹਾ ਦੇ ਉੱਤੇ ਹੋਰ ਟੈਲੈਂਟਡ ਲੋਕ ਆ ਜਾਣਗੇ, ਹੋਰ ਯੰਗ ਲੋਕ ਆ ਜਾਣਗੇ ਵਿਦ ਮੋਰ ਐਨਰਜੀ, ਮੋਰ ਕ੍ਰੀਏਟਿਵਿਟੀ, ਐਂਡ ਯੂ ਵਿਲ ਬੀ ਨੋ ਵੇਅਰ, ਯੂ ਵਿਲ ਬੀ ਐਵਰੇਜ। ਗੈਟ ਰੈਡੀ ਫੋਰ ਨੈਕਸਟ ਲਾਈਫ। ਜ਼ਿੰਦਗੀ ਸਿਰਫ ਨੋਰਮਲ ਤਰੀਕੇ 'ਚ ਲੋਕਾਂ 'ਚ ਵਾਹ ਵਾਹ ਖੱਟਣ ਦਾ ਨਾਮ ਨਹੀਂ ਹੈ। ਜ਼ਿੰਦਗੀ ਆਪਣੇ ਆਪ ਨੂੰ ਖੁਸ਼ ਕਰਕੇ, ਦੁਨੀਆਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਆਪ ਲਈ ਜਿਉਣ ਦਾ ਵੀ ਨਾਮ ਹੈ। ਸਾਡੇ 'ਚੋਂ ਬਹੁਤੇ ਲੋਕ ਇਸ ਕਰਕੇ ਜਿਉਂਦੇ ਨੇ ਕਿਉਂਕਿ ਬੱਚਿਆਂ ਨੂੰ ਵੱਡੇ ਕਰਨਾ, ਮਾਂ ਪਿਓ ਦੀ ਸੇਵਾ ਕਰਨੀ ਹੈ, ਭੈਣ ਭਰਾਵਾਂ ਲਈ ਕੁਛ ਕਰਨਾ ਹੈ, ਜਾਂ ਫਿਰ ਹੋਰ ਕੁਛ ਨਹੀਂ। ਯਾਰ ਐਡਾ ਵੱਡਾ ਨਾਮ ਹੈ ਮੇਰਾ, ਹੁਣ ਮੈਂ ਕਰਦਾ ਚੰਗਾ ਲੱਗਣਾ ਵਾ, ਅਤੇ ਉਹ ਨਾਮ ਅਤੇ ਉਹ ਫੇਮ ਕਿੰਨਾ ਟੈਂਪਰੇਰੀ ਹੈ ਤੁਹਾਨੂੰ ਪਤਾ ਹੀ ਨਹੀਂ। ਮਨੀ ਇਜ਼ ਨੋਟ ਐਵਰੀਥਿੰਗ, ਪੈਸਾ ਹਰ ਚੀਜ਼ ਨਹੀਂ ਹੈ। ਪੈਸਾ ਤੁਹਾਡੇ ਕੋਲ ਬਹੁਤ ਹੋਵੇ ਅਤੇ ਅਗਰ ਤੁਹਾਡੇ ਕੋਲ ਕੋਈ 4 ਬੰਦੇ ਗੱਲ ਕਰਨ ਵਾਲੇ ਨਾ ਹੋਣ ਨਾ, ਤਾਂ ਉਦੋਂ ਤੁਹਾਨੂੰ ਅਹਿਸਾਸ ਹੁੰਦਾ ਕਿ ਪੈਸਾ ਬੰਦਾ ਖਾਸ ਥੋੜ੍ਹੀ ਸਕਦਾ ਜਾਂ ਪੈਸੇ ਨਾਲ ਗੱਲਾਂ ਤਾਂ ਨਹੀਂ ਕਰ ਸਕਦਾ। ਇਸੇ ਤਰ੍ਹਾਂ ਨਾਮ ਅਤੇ ਸ਼ੋਹਰਤ ਵੀ ਬੜੀ ਜਲਦੀ ਚਲੇ ਜਾਂਦੇ ਨੇ, ਬੜੀ ਜਲਦੀ ਲੋਕਾਂ ਕੋਲ ਚਲੇ ਜਾਂਦੇ ਨੇ, ਅੱਜ ਤੁਹਾਡੇ ਕੋਲ ਨਹੀਂ ਕਿਸੇ ਹੋਰ ਕੋਲ ਪਾਸ ਔਨ ਹੋ ਜਾਣਗੇ। ਸਲੂਟਾਂ ਮਾਰਨ ਵਾਲੇ ਲੋਕ ਬੜੀ ਛੇਤੀ ਦੂਜਿਆਂ ਵੱਲ ਖਿਸਕ ਜਾਂਦੇ ਨੇ। ਸੋ ਜ਼ਿੰਦਗੀ ਬੜੀ ਛੋਟੀ ਹੈ, ਫਟਾਫਟ ਆਪਣੀ ਜ਼ਿੰਦਗੀ 'ਤੇ ਰਹਿੰਦੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਜ ਤੋਂ ਹੀ ਕੋਸ਼ਿਸ਼ ਕਰੋ। ਯੂ ਵਾਂਟ ਟੂ ਲਰਨ ਸਮਥਿੰਗ ਨਿਊ, ਪਲੀਜ਼ ਡੂ ਇਟ ਰਾਈਟ ਨਾਓ। ਤੁਹਾਡੇ ਅੰਦਰ ਜ਼ਿੰਦਗੀ ਦੇ ਵਿੱਚ ਕੁਛ ਇੰਸਟਰੂਮੈਂਟ ਗਾਉਣ ਦੀ, ਕੁਛ ਵਜਾਉਣ ਦੀ ਚਾਹਤ